ਸਾਡਾ ਇਹ ਕਹਿਣਾ ਵਾ ਕਿ ਜਿਸ ਤਰ੍ਹਾਂ ਮਨੀਪੁਰ ਦੇ ਵਿੱਚ ਬਹੁਤ ਸਾਰੇ ਅਤਿਆਚਾਰ ਹੋਇਆ ਕਿ ਉੱਥੇ ਦੀਆਂ ਧੀਆਂ ਭੈਣਾਂ ਦੇ ਨਾਲ ਬਹੁਤ ਹੀ ਘਿਨਾਉਣਾ ਕੰਮ ਕੀਤਾ ਗਿਆ, ਬਲਾਤਕਾਰ ਵੀ ਹੋਏ, ਉਹਨਾਂ ਨੂੰ ਨੰਗਾ ਕਰਕੇ ਘੁਮਾਇਆ ਗਿਆ, ਬਹੁਤ ਸਾਰੇ ਪਰਿਵਾਰਾਂ ਦੀ ਉੱਥੇ ਹੱਤਿਆ ਕੀਤੀ ਗਈ ਆ। ਉਹਨਾਂ ਲੋਕਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ। ਅਸੀਂ ਚਾਹੁੰਦੇ ਹਾਂ ਕਿ ਭਾਰਤ ਸਰਕਾਰ ਉਹਨਾਂ ਲੋਕਾਂ ਨੂੰ ਇਨਸਾਫ ਦਿਵਾਵੇ। ਅਸੀਂ ਅੱਜ ਇਸ ਕਰਕੇ ਸਾਰੇ ਜਣੇ ਇੱਥੇ ਇਕੱਠੇ ਹੋਏ ਹਾਂ, ਇਸ ਕਰਕੇ ਸਾਡਾ ਰੋਸ ਪ੍ਰਦਰਸ਼ਨ ਆ ਕਿ ਸਾਨੂੰ ਜਿਹੜਾ ਉਹ ਮਨੀਪੁਰ ਦੇ ਲੋਕਾਂ ਦੇ ਨਾਲ ਮਿਲ ਕੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਮੈਮ, ਦੇਖਿਆ ਜਾਵੇ ਤਾਂ ਇਹੀ ਇਨਸਾਫ ਕਿੰਨੇ ਦਿਨਾਂ ਤੋਂ ਚੱਲ ਵੀ ਰਿਹਾ ਅਤੇ ਕਈ ਜਿਹੜੀਆਂ ਭਾਗੀਆਂ ਮੀਟਿੰਗਾਂ ਵਾ ਉਹਨਾਂ ਨਾਲ ਵੀ ਸਰਕਾਰਾਂ ਦੇ ਨਾਲ ਉਹਨਾਂ ਦਾ ਕੋਈ ਹੱਲ ਹਾਲੇ ਤੱਕ ਨਹੀਂ ਕੱਢਿਆ, ਅਤੇ ਇਸ ਵਾਰ ਕੀ ਕਹੋਗੇ? ਅਸੀਂ ਇਸੇ ਕਰਕੇ ਅੱਜ ਦਾ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਵਾ, ਔਰ ਜੇ ਸਾਡੀ ਆਵਾਜ਼ ਜਿਹੜੀ ਅੱਜ ਵੀ ਨਾ ਸੁਣੀ ਗਈ, ਅੱਜ ਤੋਂ ਬਾਅਦ ਜੇ ਨਾ ਇਸ ਗੱਲ ਦੇ ਉੱਤੇ ਗੌਰ ਕੀਤੀ ਗਈ, ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇਸ ਤੋਂ ਵੱਧ ਕੇ ਰੈਲੀਆਂ ਸ਼ੁਰੂ ਕਰਾਂਗੇ, ਤੇਜ਼ ਕਰ ਦਾਂਗੇ ਇਸ ਪ੍ਰਦਰਸ਼ਨ ਨੂੰ। ਜੋ ਕੁਛ ਵੀ ਸਾਡੇ ਕੋਲ ਹੋਊਗਾ ਅਸੀਂ ਉਹ ਕਰਨ ਨੂੰ ਤਿਆਰ ਹਾਂ। ਅਸੀਂ ਅੱਗੇ ਇਹ ਵੀ ਕਹਿੰਦੇ ਹਾਂ ਕਿ ਜਿਸ ਤਰ੍ਹਾਂ ਭਾਰਤ ਸਰਕਾਰ ਇਹ ਦੇਖਦੇ ਆ ਕਿ ਅਸੀਂ ਮਸੀਹ ਕੌਮ ਨੂੰ ਦਬਾ ਦੇਗੇ, ਇਹ ਮਸੀਹ ਕੌਮ ਕਦੇ ਵੀ ਦਬੇ ਨਹੀਂ ਰਹੂਗੀ। ਅਸੀਂ ਬਾਹਰਲੇ ਜਿਹੜੇ ਮਸੀਹੀ ਕੰਟਰੀਆਂ ਦੇ ਵਿੱਚ ਲੋਕ ਬੈਠੇ ਆ, ਅਸੀਂ ਉਹਨਾਂ ਨੂੰ ਵੀ ਅੱਜ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਮੋਦੀ ਸਰਕਾਰ ਵਾ ਇਹਨਾਂ ਦੀਆਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਵੀ ਐਂਟਰੀ ਬੰਦ ਕੀਤੀ ਜਾਵੇ। ਮੈਮ, ਦੇਖਿਆ ਜਾਵੇ ਤਾਂ ਹਰ ਵਾਰੀ ਐਸਸੀ ਵਾਲਿਆਂ ਨੂੰ ਹੀ ਪਰੇਸ਼ਾਨ ਕੀਤਾ ਜਾਂਦਾ ਹੈ, ਕਿਉਂ ਕੀਤਾ ਜਾਂਦਾ? ਇਹ ਇਹਨਾਂ ਦੀ ਸੋਚ ਮਾੜੀ ਹੈ, ਪ੍ਰਧਾਨ ਮੰਤਰੀ ਦੀ ਸੋਚ ਘਿਨਾਉਣੀ ਆ। ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਆ, ਜਿਹੜੀ ਸਰਕਾਰ ਵਾ ਸਾਡੇ ਭਾਰਤ ਦੀ ਸਰਕਾਰ ਆ, ਇਹਨੂੰ ਇਸ ਵਾਰ ਅਸੀਂ ਬਦਲ ਦੇਵਾਂਗਾ। ਮੈਮ, ਦੇਖਿਆ ਜਾਵੇ ਤਾਂ ਅੱਜ ਦਾ ਟਾਈਮ ਸਾਰੀਆਂ ਮਤਲਬ ਕਿ ਜਥੇਬੰਦੀਆਂ ਤੁਹਾਡੇ ਨਾਲ ਆ, ਉਹਨਾਂ ਬਾਰੇ ਤੁਸੀਂ ਕੀ ਕਹੋਗੇ? ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਭਾਰਤ ਬੰਦ ਦੀ ਕੌਲ ਨੂੰ ਸਾਡਾ ਸਮਰਥਨ ਦਿੱਤਾ। ਉਹਨਾਂ ਨੇ ਸਾਨੂੰ ਸਭ ਤੋਂ ਪਹਿਲਾਂ ਕਿਹਾ ਕਿ ਅਸੀਂ ਸਭ ਜਿਹੜੇ ਲੋਕ ਅਸੀਂ ਤੁਹਾਡੇ ਨਾਲ ਮਿਲ ਕੇ ਚੱਲਾਂਗੇ। ਜਿੱਥੇ ਸਭ ਲੋਕ ਇਕੱਠੇ ਹੋ ਜਾਂਦੇ ਆ, ਉੱਥੇ ਲੋਕਾਂ ਦਾ ਹੀ ਜਿਹੜਾ ਉੱਥੇ ਬੋਲਬਾਲਾ ਹੁੰਦਾ ਵਾ। ਉੱਥੇ ਇੱਕ ਸਰਕਾਰ ਕੁਛ ਨਹੀਂ ਕਰ ਸਕਦੀ। ਜਦ ਇੱਥੇ ਪੰਜਾਬ ਦੇ ਦੇਸ਼ ਵਾਸੀ ਜਗ੍ਹਾ ਜਗ੍ਹਾ 'ਤੇ ਇਕੱਠੇ ਹੋਏ, ਭਾਰਤ ਸਰਕਾਰ ਦੇ ਜਿਹੜੇ ਮਸੀਹੀ ਕੌਮ ਦੇ ਲੋਕ ਆ ਉਹ ਇਕੱਠੇ ਹੋ ਚੁੱਕੇ ਆ, ਅਤੇ ਹੁਣ ਮੋਦੀ ਨੂੰ ਚਾਹੀਦਾ ਕਿ ਜਾਗ ਜਾਵੇ। ਅਸੀਂ ਇਦੋਂ ਵੀ ਜ਼ਿਆਦਾ ਰੋਸ ਪ੍ਰਦਰਸ਼ਨ ਸ਼ੁਰੂ ਕਰ ਦੇਵਾਂਗੇ। ਸਾਡੇ ਕੋਲ ਫਿਰ ਜੋ ਵੀ ਜੋ ਕੁਛ ਵੀ ਬਣੂਗਾ ਅਸੀਂ ਉਹ ਕਰਨ ਨੂੰ ਤਿਆਰ ਹਾਂ। ਅਸੀਂ ਹੁਣ ਵੀ ਇਹ ਗੱਲ ਕਹਿੰਦੇ ਹਾਂ ਕਿ ਹੁਣ ਅਸੀਂ ਅੱਜ ਇਸ ਜਗ੍ਹਾ 'ਤੇ ਪਿਆਰ ਦੇ ਨਾਲ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ, ਪਰ ਅੱਗੇ ਤੋਂ ਜੇ ਇਹ ਗੱਲ ਸਾਡੀ ਸੁਣਵਾਈ ਇੱਥੇ ਨਾ ਹੋਈ ਤਾਂ ਫਿਰ ਅਸੀਂ ਅੱਗੇ ਤੋਂ ਵੱਧ ਕੇ ਅਸੀਂ ਜੋ ਵੀ ਸਾਡੇ ਕੋਲ ਬਣੂਗਾ ਅਸੀਂ ਉਹ ਕਰਾਂਗੇ। ਸਮਝ ਨਹੀਂ ਸਕਦੇ, ਮੈਂ ਤਾਂ ਤੁਹਾਡੇ ਅੱਗੇ ਬੇਨਤੀ ਇਹ ਕਰਦਾ ਹਾਂ ਕਿ ਤੁਸੀਂ ਅਸਤੀਫਾ ਦੇ ਦਿਓ। ਜੇ ਤੁਹਾਡੇ ਕੋਲੋਂ ਕੰਮ ਨਹੀਂ ਨਾ ਹੁੰਦਾ ਤਾਂ ਅਸਤੀਫਾ ਦੇ ਦਿਓ ਜੀ, ਇਹ ਮੇਰੀ ਬੇਨਤੀ ਆ। ਇਹ ਸਰਕਾਰ ਨੂੰ ਮੰਗ ਹੈ ਜੀ, ਅਸਤੀਫਾ ਦੇ ਦਿਓ, ਛੱਡੋ। ਜੇ ਤੁਸੀਂ ਕੰਮ ਨਹੀਂ ਨਾ ਕਰ ਸਕਦੇ ਤਾਂ ਫਿਰ ਅਸਤੀਫਾ ਦੇਵੋ, ਬਹਿ ਜਾਓ ਚੁੱਪ ਕਰਕੇ, ਚੂੜੀਆਂ ਪਾ ਕੇ ਬਹਿ ਜਾਓ। ਫਿਰ ਜੇ ਤੁਹਾਡੇ ਕੋਲ ਧੀਆਂ ਭੈਣਾਂ ਦੀ ਰੱਖਿਆ ਨਹੀਂ ਨਾ ਹੁੰਦੀ ਤਾਂ ਚੂੜੀਆਂ ਪਾ ਕੇ ਨਾ ਤਾਂ ਬਹਿ ਜਾਓ ਫਿਰ ਤੁਸੀਂ ਵੀ। ਅੱਜ ਪੂਰਾ ਭਾਰਤ ਪੰਜਾਬ ਭਰ ਬੰਦ ਆ, ਪ੍ਰਦਰਸ਼ਨ ਹੋ ਰਹੇ ਜਲੰਧਰ ਵਿੱਚ, ਗੁਰਦਾਸਪੁਰ ਦੇ ਵਿੱਚ, ਜਗ੍ਹਾ ਬਜਗ੍ਹਾ ਸਾਡੇ ਭੈਣ ਭਰਾ ਮਸੀਹੀ ਲੋਕ ਔਰ ਸ਼੍ਰੀ ਵਾਲਮੀਕਿ ਭਾਈਚਾਰਾ, ਰਵਿਦਾਸੀਆ ਗੁਰੂ ਰਵਿਦਾਸੀਆ ਭਾਈਚਾਰਾ, ਹੋਰ ਵੀ ਬਹੁਤ ਸਮਾਜ ਸਾਡੇ ਨਾਲ ਇਸ ਗਲਤ ਗੱਲ ਦੇ ਖਿਲਾਫ ਸਾਡੇ ਨਾਲ ਉਹ ਖੜੇ ਹੋਏ ਆ, ਔਰ ਅੱਜ ਬਹੁਤ ਸਾਰੇ ਜਥੇਬੰਦੀਆਂ ਸਾਡੇ ਵਿਚਕਾਰ ਆਈਆਂ। ਮੈਂ ਉਹਨਾਂ ਦੇ ਲਈ ਵੀ ਇਸ ਮਾਧਿਅਮ ਦੇ ਰਾਹੀਂ ਉਹਨਾਂ ਦਾ ਵੀ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ। ਔਰ ਸੱਚਮੁੱਚ ਬਾਈਬਲ ਵਿੱਚ ਇੱਕ ਗੱਲ ਲਿਖੀ ਆ, ਮੰਗੋ ਤਾਂ ਤੁਹਾਨੂੰ ਦਿੱਤਾ ਜਾਏਗਾ। ਅੱਜ ਅਸੀਂ ਆਪਣੇ ਪਰਮੇਸ਼ਵਰ ਕੋਲੋਂ ਮੰਗਦੇ ਹਾਂ ਜੋ ਵੀ ਮੰਗਿਆ ਆ। ਸਾਨੂੰ ਪਤਾ ਜੋ ਅੱਜ ਜੋ ਅਸੀਂ ਮੰਗਣ ਦੇ ਲਈ ਇਕੱਠੇ ਹੋਏ ਹਾਂ ਨਾ, ਸਾਡਾ ਖੁਦਾ ਕਹਿੰਦਾ ਤੁਹਾਨੂੰ ਦਿੱਤਾ ਜਾਏਗਾ। ਉਹ ਕਹਿੰਦਾ ਖੜਕਾਓ ਤਾਂ ਤੁਹਾਡੇ ਲਈ ਖੋਲਿਆ ਜਾਏਗਾ। ਅਸੀਂ ਸਰਕਾਰ ਦਾ ਬੂਹਾ ਨਹੀਂ ਖੜਕਾਉਂਦੇ, ਅਸੀਂ ਆਪਣੇ ਪਰਮੇਸ਼ਵਰ ਦੇ ਘਰ ਦਾ ਬੂਹਾ ਖੜਕਾਉਂਦੇ ਹਾਂ। ਇਹਨਾਂ ਦਾ ਤਾਂ ਬੂਹਾ ਹੀ ਹੈ ਨਹੀਂ, ਖੜਕਾਉਣਾ ਕੀ ਇਹਨਾਂ ਦਾ? ਇਹਨਾਂ ਦਾ ਤਾਂ ਬੂਹਾ ਹੈ ਨਹੀਂ ਗਾ, ਇਹਨਾਂ ਦੇ ਤਾਂ ਕੰਨ ਹੀ ਹੈ ਨਹੀਂ ਗੇ। ਬਾਈ ਗੁਰ ਜੀ ਕਹ, ਜਿਹਨਾਂ ਦੇ ਕੰਨ ਆ ਸੁਣੋ, ਇਹਨਾਂ ਦਾ ਤਾਂ ਕੰਨ ਹੀ ਹੈ ਨਹੀਂ, ਇਹਨਾਂ ਨੇ ਕੀ ਸੁਣਨਾ? ਅਸੀਂ ਆਪਣੇ ਖੁਦਾ ਦੇ ਅੱਗੇ ਬੇਨਤੀ ਕਰਦੇ ਹਾਂ। ਸਾਡਾ ਖੁਦਾ ਬਾਈਬਲ 'ਚ ਲਿਖਿਆ, ਪਰਮੇਸ਼ਵਰ ਸੱਚਾ ਨਿਆਂਕਾਰ ਆ। ਬਾਈਬਲ 'ਚ ਲਿਖਿਆ, ਧਰਤੀ ਉਦੋਂ ਕੰਬਦੀ ਆ ਜਦੋਂ ਦੁਸ਼ਟ ਰਾਜੇ ਬਣਦੇ ਆ, ਜਦੋਂ ਇੱਦਾਂ ਦੇ ਅਤਿਆਚਾਰ ਹੁੰਦੇ ਆ, ਇਹ ਧਰਤੀ ਉਦੋਂ ਕੰਬਦੀ ਆ। ਇਹ ਧਰਤੀ ਦੇ ਲੋਕ ਅੱਜ ਤਾਂ ਕੰਬੇ ਹੋਏ ਆ, ਗੁੱਸੇ ਦੇ ਵਿੱਚ, ਡਰ ਦੇ ਨਾਲ ਨਹੀਂ ਅਸੀਂ ਕੰਬੇ ਹੋਏ, ਅਸੀਂ ਅੱਜ ਗੁੱਸੇ ਦੇ ਵਿੱਚ, ਅਸੀਂ ਅੱਜ ਦੁੱਖ ਦੇ ਵਿੱਚ ਕੰਬੇ ਹੋਏ ਆ। ਕਹਿੰਦਾ ਜਦੋਂ ਦੁਸ਼ਟ ਪ੍ਰਧਾਨ ਬਣਦਾ ਤੇ ਉਦੋਂ ਇਹ ਲੋਕ ਹਾਇਓ ਹਾਇਓ ਕਰਦੇ ਆ। ਸੋ ਮੈਂ ਬੇਨਤੀ ਇਹੀ ਕਰਦਾ ਆ ਤੁਹਾਡੇ ਚੈਨਲ ਦੇ ਰਾਹੀਂ ਕਿ ਸਾਰੇ ਮਸੀਹ ਭੈਣ ਭਰਾ ਸਾਰੇ ਲੋਕ ਜਾਗ ਉੱਠਣ, ਬਾਕੀ ਸਾਰਾ ਪੰਜਾਬ ਜਾਗ ਉੱਠੇ। ਉਹ ਧੀਆਂ ਇਕੱਲਾ ਮਸੀਹੀ ਲੋਕਾਂ ਦੀਆਂ, ਕ੍ਰਿਸ਼ਨਾਂ ਦੀਆਂ ਧੀਆਂ ਨਹੀਂ ਸੀਗੀਆਂ,
तो धियां सब दियां सांझियां हुंदियां आ। एक कुड़ी नूं कहा जांदा पिंड दी सारी एक धी सारे पिंड दी धी हुंदी आ। ते मैं कहना जिहड़ियां मणिपुर दियां धियां सी उह सारे भारत दियां धियां सीगियां, उह सारे भारत दियां धियां सीगियां। भारत दियां धियां दे नाल इदां होई आ, सानूं अज जागण दी लोड़ आ। सारे भारत देश नूं मैं बेनती करदा कि जागो मेरे भैणो भरावो, जागो अपनियां धियां भैणां दी आपां आप ही रक्षा करिए। ओ इन्हां ने की रक्षा करनी आ जिन्हां दी धी है खुद दी धी है नहीं, इन्हां ने साडियां धियां दी रक्षा की करनी आ। सो सब नूं प्यार भरी जय मसीह दी। Yeah, 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 y